ਕਿਸੇ ਨੇ ਮੈਨੂੰ ਭੇਜਿਆ ਜੀ ਪ੍ਰਾਚੀਨ ਸਿਹਤ ਦੁਹਾਵਲੀ ਇੱਕ ਕਵਿਤਾ ਜੀ, ਉਸ ਕਵਿਤਾ ਦੇ ਵਿੱਚ ਕਹਿ ਲਓ ਕਿ ਉਹ ਟੋਟਕੇ ਹੀ ਨੇ, ਸੋ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਪਾਂ ਦਰਸ਼ਕਾਂ ਦੇ ਨਾਲ ਉਹ ਸਾਂਝੀ ਕਰੀਏ। ਮੈਂ ਪੜ੍ਹਨ ਲੱਗਾ ਜੀ, ਉਹ ਕਹਿੰਦੇ ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਦ ਰਾਤ, ਉੱਠ ਸਵੇਰੇ ਪੀ ਲਈਏ ਤੇ ਚੰਗੇ ਹੋਣ ਹਾਲਾਤ। ਵੀ ਜੇ ਤੁਸੀਂ ਰਾਤ ਨੂੰ ਗੁੜ ਜਿਹੜਾ ਉਹ ਗੁੜ ਵਾਲਾ ਪਾਣੀ ਚ ਪਾ ਕੇ ਰੱਖ ਦਿਓ ਤੇ ਸਵੇਰ ਨੂੰ ਤੁਸੀਂ ਪੀਓਗੇ ਤੇ ਉਹਦਾ ਫਾਇਦਾ ਹੋ ਜਾਊ। ਅਗਲਾ ਉਹਨਾਂ ਨੇ ਲਿਖਿਆ ਕਿ ਧਨੀਏ ਪੱਤੇ ਮਸਲਕੇ ਬੂੰਦ ਨੇਤਰੀ ਤਾਰ, ਦੁੱਖ ਦੀਆਂ ਅੱਖਾਂ ਠੀਕ ਹੋਣ ਪਲ ਲੱਗਣ ਦੋ ਚਾਰ। ਵੀ ਜਿਹੜੇ ਧਨੀਏ ਦੇ ਪੱਤੇ ਨੇ ਉਹਨੂੰ ਮਸਲਕੇ ਉਹਦਾ ਪਾਣੀ ਕੱਢ ਕੇ ਅੱਖਾਂ ਚ ਪਾਉਣ ਦੇ ਨਾਲ ਅੱਖਾਂ ਨੂੰ ਫਾਇਦਾ ਹੁੰਦਾ। ਕਹਿੰਦੇ ਮਿਲੇ ਊਰਜਾ ਬਹੁਤ ਹੀ, ਪੀਓ ਜੇ ਕੋਸਾ ਨੀਰ, ਕਬਜ਼ ਮੁਕਾਵੇ ਪੇਟ ਦੀ ਮਿਟ ਜਾਵੇ ਹਰ ਪੀੜ। ਵੈਰੀ ਗੁੱਡ, ਸੋ ਇਹ ਵੀ ਜਿਹੜੀ ਇੱਕ ਪ੍ਰੂਵਨ ਚੀਜ਼ ਹੈ, ਪਾਣੀ ਪੀਣਾ ਅੱਛੀ ਚੀਜ਼। ਸੋ ਉੱਠ ਸਵੇਰੇ ਜਲ ਛਕੋ ਘੁੱਟ ਘੁੱਟ ਕਰਕੇ ਆਪ, ਬਸ ਦੋ ਤਿੰਨ ਗਲਾਸ ਹੀ ਹਰ ਦਾਰੂ ਦਬਾਵ। ਸਵੇਰੇ ਦੋ ਤਿੰਨ ਕੱਪ ਗਲਾਸ ਜਿਹੜੇ ਆ ਉਹ ਪਾਣੀ ਦੇ ਘੁੱਟ ਘੁੱਟ ਕਰਕੇ ਪੀਣ ਦੇ ਨਾਲ ਪੇਟ ਸਾਫ਼ ਹੁੰਦਾ, ਕਲੈਂਜ਼ ਹੋ ਗਿਆ ਬਾਡੀ ਇਨ ਇਸ ਗੁੱਡ ਜੀ। ਸੋ ਅਗਲਾ ਸ਼ੇਰ ਆ ਜੀ, ਕਹਿੰਦੇ ਕਿ ਠੰਡਾ ਪਾਣੀ ਨਾ ਪੀਓ ਕਰਦਾ ਬੁਰਾ ਵਿਹਾਰ, ਕਰੇ ਹਾਜ਼ਮੇ ਨੂੰ ਸਦਾ ਇਹ ਤਾਂ ਬੜਾ ਵਿਗਾੜ। ਹਾਜ਼ਮਾ ਵਿਗਾੜਦਾ ਜੇ ਤੁਸੀਂ ਠੰਡਾ ਪਾਣੀ ਪੀਂਦੇ ਹੋ। ਬਿਲਕੁਲ, ਕਹਿੰਦੇ ਭੋਜਨ ਕਰੀਏ ਬੈਠ ਕੇ ਧਰਤ ਪਲੱਥਾ ਮਾਰ, ਚਿਬ ਚਿਬ ਖਾਈਏ ਅੰਨ ਨੂੰ ਵੈਦ ਨਾ ਝਾਕੇ ਵਾਰ। ਵੈਰੀ ਗੁੱਡ, ਵੀ ਚੌਂਕੜੀ ਮਾਰ ਕੇ ਥੱਲੇ ਬਹਿ ਕੇ ਭੁੰਜੇ ਬਹਿ ਕੇ ਭੋਜਨ ਜਿਹੜਾ ਉਹ ਛਕਣਾ ਚਾਹੀਦਾ ਤੇ ਚੱਬ ਚੱਬ ਕੇ ਛਕਣਾ ਚਾਹੀਦਾ। ਅਗਲਾ ਉਹ ਕਹਿੰਦਾ ਕਿ ਸੁਬਾਹ ਫਲ ਦਾ ਰਸ ਪੀਓ ਲੱਸੀ, ਫੇਰ ਦੁਪਹਿਰ ਰਾਤੀ ਪੀਓ ਦੁੱਧ ਜੀ, ਰੋਗ ਜੀ ਨਹੀਂ ਉਹ ਖੈਰ। ਜੇ ਸਵੇਰੇ ਉੱਠ ਕੇ ਆਪਾਂ ਫਲਾਂ ਦਾ ਜੂਸ ਪੀਨੇ ਆ ਤੇ ਦੁਪਹਿਰ ਨੂੰ ਆਪਾਂ ਲੱਸੀ ਪੀਨੇ ਆ ਤੇ ਰਾਤ ਨੂੰ ਦੁੱਧ ਪੀਨੇ ਆ ਤੇ ਫਿਰ ਰੋਗ ਛੇਤੀ ਕਿਤੇ ਲਾਗੇ ਨਹੀਂ ਆਉਂਦਾ। ਭੋਜਨ ਕਰਕੇ ਰਾਤ ਨੂੰ ਤੁਰੀਏ ਕਦਮ ਹਜ਼ਾਰ, ਸੈਰ ਕਰਨੀ ਬਹੁਤ ਜ਼ਰੂਰੀ ਹੈ। ਭੋਜਨ ਕਰਕੇ ਰਾਤ ਨੂੰ ਤੁਰੀਏ ਕਦਮ ਹਜ਼ਾਰ, ਡਾਕਟਰਾਂ ਤੇ ਵੈਦ ਦਾ ਮੁੱਕ ਜਾਊ ਕਾਰੋਬਾਰ। ਬਿਲਕੁਲ, ਜੇ ਤੁਸੀਂ ਸੈਰ ਦੀ ਆਦਤ ਪਾ ਲਓ ਬੜੀ ਵਧੀਆ ਆ। ਘੁੱਟ ਘੁੱਟ ਪੀਓ ਨੀਰ ਨੂੰ, ਰਹੋ ਤਣਾਅ ਤੋਂ ਦੂਰ, ਬਣੇ ਤੇਜ਼ਾਬੀ ਤੱਤ ਨਾਲ ਮੋਟਾਪਨ ਵੀ ਦੂਰ। ਬਿਲਕੁਲ, ਆਰਥਰਾਈਟਿਸ ਜਾਂ ਹਰਨੀਆ ਅਪੈਂਡਿਕਸ ਦਾ ਨਾਸ, ਪੀਓ ਪਾਣੀ ਬੈਠ ਕੇ ਰੋਗ ਨਾ ਆਵੇ ਪਾਸ। ਲਹੂ ਦਬਾਅ ਜੇ ਵੱਧ ਰਿਹਾ ਨਾ ਘਬਰਾਓ ਵੀਰ, ਚਾਹ ਪੀਣੀ ਛੱਡ ਵੇਖਣਾ ਕੁੰਦਣ ਜਿਹਾ ਸਰੀਰ। ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਇਸੇ ਚੀਜ਼ ਤੋਂ ਮੈਨੂੰ ਇਹ ਯਾਦ ਆਈ ਸੀ ਜਦੋਂ ਸੁਪਰੀਮ ਕੋਰਟ ਦਾ। ਹਾਂਜੀ, ਸੋ ਅਗਲਾ ਉਹ ਲਿਖਦਾ ਕਿ ਸੁਬਹ ਦੁਪਹਿਰੇ ਰੱਖ ਲਓ ਭੋਜਨ ਵਿਚ ਸਮਤੋਲ, ਬੈਲੈਂਸ ਡਾਇਟ। ਸੁਬਹ ਸਵੇਰੇ ਰੱਖ ਲਓ ਭੋਜਨ ਵਿਚ ਸਮਤੋਲ, ਅੱਧਾ ਘੰਟਾ ਲਓ ਨੀਂਦਰਾ, ਰੋਗ ਨਾ ਆਵੇ ਕੋਲ, ਨੈਪਿੰਗ ਬਹੁਤ ਜ਼ਰੂਰੀ ਹੈ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਨੇ, ਮੈਂ ਹਲੇ ਬਾਕੀ ਦੀਆਂ ਵੀ ਪੜ੍ਹਦਾ ਕਿ ਸ਼ਾਹ ਵੇਲੇ ਕੰਵਰਾ ਜਿਓ ਦਿਨੇ ਜੋ ਖਾਏ ਨਰੇਸ਼, ਭੋਜਨ ਕਰੀਏ ਰਾਤ ਨੂੰ ਜੀ ਕੋ ਰੰਗ ਸੁਰੇਸ਼। ਵੀ ਸਵੇਰੇ ਬਾਦਸ਼ਾਹ ਵਾਂਗੂ, ਦੁਪਹਿਰ ਨੂੰ ਵਜ਼ੀਰਾਂ ਵਾਂਗੂ ਤੇ ਰਾਤ ਨੂੰ ਫਕੀਰਾਂ ਵਾਂਗੂ ਭੋਜਨ ਖਾਓਗੇ ਤਾਂ ਵੀ ਚੰਗੇ ਰਹੋਗੇ। ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜਾਲ। ਬਿਲਕੁਲ, ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜਾਲ, ਪੇਟ ਖਰਾਬੀ ਅੱਖ ਰੋਗ ਤਨ ਵੀ ਰਹੇ ਨਟਾਲ। ਪੇਟ ਦੀ ਖਰਾਬੀ ਵੀ ਹੁੰਦੀ ਆ, ਅੱਖਾਂ ਦੇ ਵਿੱਚ ਫਰਕ ਪੈਂਦਾ ਆ ਤੇ ਸਰੀਰ ਵੀ ਜਿਹੜਾ ਜੀ ਉਹ ਨਟਾਲ ਰਹਿੰਦਾ। ਦਰਦ ਜ਼ਖਮ ਦੇ ਚੋਬ ਵੀ ਸੋਜਿਸ਼ ਦਿਓ ਭਜਾ, ਜਿੱਥੇ ਪੀੜਾ ਟਸਕਦੀ ਚੁੰਬਕ ਦਿਓ ਲਗਾ। ਮੈਗਨੋਥੈਰੇਪੀ। ਸੋ ਜੇਸ ਕਿਸੇ ਨੇ ਵੀ ਇਹ ਲਿਖੀ ਆ ਜੀ, ਵੈਰੀ ਨਾਈਸ। ਸੋ ਪੂਰੇ ਦਾ ਪੂਰਾ ਮੈਨੂੰ ਲੱਗਦਾ ਕਿ ਬੰਦਾ ਤਕੜਾ ਵੈਦ ਲੱਗਦਾ ਜੀ। ਕਹਿੰਦੇ 70 ਰੋਗ ਭਿਆਨ ਕੀ ਚੂਨਾ ਕਰਦਾ ਦੂਰ, 70 ਰੋਗ ਭਿਆਨ ਕੀ ਚੂਨਾ ਕਰਦਾ ਦੂਰ, ਦੂਰ ਕਰੇ ਇਹ ਬਾਂਝਪਨ ਸੁਸਤੀ ਅਪ ਚ ਹਜ਼ੂਰ। ਰੋਟੀ ਖਾ ਕੇ ਵੀਰ ਨੂੰ ਪਾਣੀ ਘੰਟਾ ਬਾਅਦ। ਹਮੇਸ਼ਾ ਕਹਿੰਦੇ ਆ ਪਾਣੀ ਰਾਈਟ ਅਵੇ ਰੋਟੀ ਦੇ ਨਾਲ ਨਹੀਂ ਲੈਣਾ, ਗੈਪ ਪਾ ਕੇ ਲਓ। ਰੋਟੀ ਖਾ ਕੇ ਵੀਰ ਨੂੰ ਪਾਣੀ ਘੰਟਾ ਬਾਅਦ, ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ, ਇਹ ਵੀ ਇੱਕ ਦਵਾਈ ਨੂੰ ਯਾਦ ਰੱਖਣਾ ਚਾਹੀਦਾ। ਅਲਸੀ ਤਿਲ ਤੇ ਨਾਰੀਅਲ, ਘਿਓ ਸਰਸੋਂ ਦਾ ਤੇਲ, ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਜੀ। ਅਲਸੀ ਤਿਲ ਤੇ ਨਾਰੀਅਲ, ਘਿਓ ਸਰਸੋਂ ਦਾ ਤੇਲ, ਇਹੀ ਖਾਓ ਨਹੀਂ ਤੇ ਸਮਝ ਲਵੋ ਦਿਲ ਫੇਲ। ਸੋ ਅੱਛੇ ਤੇਲ ਦੱਸੇ ਨੇ ਵੀ ਕਿਹੜੇ ਕਿਹੜੇ ਤੁਸੀਂ ਲੈ ਸਕਦੇ ਜੀ। ਬਿਲਕੁਲ, ਸੋ ਆਖਰੀ ਹੈ ਜੀ, ਕਹਿੰਦੇ ਕਾਲਾ ਲੂਣ ਕਮਾਲ ਹੈ,
ਦੋਇਮ ਪਹਾੜੀ ਜਾਣ, ਚਿੱਟਾ ਲੂਣ ਸਮੁੰਦਰੀ, ਇਹ ਹੈ ਜ਼ਹਿਰ ਸਮਾਨ। ਬਿਲਕੁਲ। ਸੋ ਕਾਲਾ ਲੂਣ ਜਿਹੜਾ ਉਹ ਵਧੀਆ ਹੈ ਜੀ, ਚਿੱਟਾ ਲੂਣ ਜਿਹੜਾ ਉਹ ਜ਼ਹਿਰ ਆ ਜੀ। ਸੋ ਭਾਂਡੇ ਜੋ ਅਲਮੀਨਮੀ ਕਰਦਾ ਹੈ ਪ੍ਰਯੋਗ, ਆਪ ਬੁਲਾਵੇ ਦੋਸਤੋ ਉਹ 48 ਰੋਗ। ਐਲਮੀਨੀਅਮ ਓਬਵੀਅਸਲੀ ਕਾਜ਼ ਲੋਟ ਆਫ ਡਿਫਰੈਂਟ ਹੈਲਥ ਇਸ਼ੂਜ਼ ਜੀ। ਸੋ ਜਿਹੜੇ ਇਹ ਜਿਹੜੀ ਮੈਂ ਕਵਿਤਾ ਇਹ ਫੇਸਬੁੱਕ ਤੇ ਵੀ ਪਾਈ ਆ, ਔਰ ਤੁਸੀਂ ਜੇ ਕਿਤੇ ਰੋਜ਼ ਇਹਨੂੰ ਪੜ੍ਹ ਲਿਆ ਕਰੋ ਨਾ, ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਫਾਇਦੇ ਵਾਲੀਆਂ ਪਤਾ ਲੱਗ ਜਾਂਦੀਆਂ ਨੇ। ਸੋ ਦਰਅਸਲ ਅਸੀਂ ਬਹੁਤੀ ਵਾਰੀ ਜਿਹੜੀ ਆਪਾਂ ਗੱਲ ਕਰਦੇ ਕਿ ਆਦਤਾਂ ਵਿਗਾੜੀਆਂ ਨੇ, ਇਹਨਾਂ ਦੇ ਵਿੱਚੋਂ ਬਹੁਤੇ ਟੋਟਕੇ ਜਿਹੜੇ ਇਹੋ ਨੇ ਜਿਹੜੀਆਂ ਅਸੀਂ ਰੋਜ਼ਮਰਾ ਦੀਆਂ ਆਦਤਾਂ ਸੁਧਾਰ ਕੇ ਆਪਣੀ ਬਾਡੀ ਦੇ ਵਿੱਚ ਚੇਂਜਸ ਲਿਆ ਸਕਦੇ ਹਾਂ।